ਬਲਟੋਆ ਸਾਹਿਬ ਜੁੜ ਗਏ ਨੇ, ਬਲਟੋਆ ਸਾਹਿਬ ਨੂੰ ਜੋੜ ਲਿਆ ਅਸੀਂ ਫੋਨ ਲਾਈਨ ਤੇ। ਬਲਟੋਆ ਸਾਹਿਬ ਤੁਸੀਂ ਜਵਾਬ ਦੇ ਦਿਓ, ਜਿਹੜੀ ਗੱਲ ਅਯਾਲੀ ਸਾਹਿਬ ਕਹਿ ਰਹੇ ਨੇ ਉਹ ਕਹਿੰਦੇ ਮੈਂ ਤੇ ਆਪਣੇ ਪਰਸਨਲ ਕੰਮ ਲਈ ਗਿਆ ਸੀ, ਸਾਬਤ ਕਰ ਦੇਣ ਜੋ ਕਹੋਗੇ ਦੇਣਦਾਰ ਹੈ। ਜਿਹੜੀ ਗੱਲ ਅੱਜ ਜ਼ਿਕਰ ਹੋਇਆ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ, ਬੀਜੇਪੀ ਜਿਹੜੇ ਬੀਜੇਪੀ ਦੇ ਟੱਚ 'ਚ ਨੇ ਅਯਾਲੀ ਸਾਹਿਬ ਔਰ ਮਨਜਿੰਦਰ ਸਿਰਸਾ ਹੋਰਾਂ ਦਾ ਜ਼ਿਕਰ ਹੋਇਆ। ਮਨਜਿੰਦਰ ਸਿਰਸਾ ਆ ਕੇ ਕਹਿ ਗਏ ਨੇ ਥੋੜ੍ਹੀ ਦੇਰ ਪਹਿਲਾਂ ਕਿ ਮੇਰਾ ਕੋਈ ਲਿੰਕ ਨਹੀਂ ਹੈ ਔਰ ਮੈਂ ਮਿਲਿਆ ਵੀ ਨਹੀਂ ਪਿਛਲੇ ਸਮੇਂ ਦੇ ਵਿੱਚ, ਔਰ ਅਯਾਲੀ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਇਲਜ਼ਾਮ ਲਾ ਰਹੇ ਹੋ ਮੇਰੇ 'ਤੇ ਉਹ ਸਾਬਤ ਕਰ ਦਿਓ, ਮੈਂ ਦੇਣਦਾਰ ਹੈ। ਮੇਰੀ ਬੇਨਤੀ ਸੁਣੋ ਮਨਪ੍ਰੀਤ ਜੀ, ਅਯਾਲੀ ਸਾਹਿਬ ਦੇਖੋ ਪਤਾ ਨੀ ਹੁਣ ਤੁਹਾਡੀ ਕੀ ਮਜਬੂਰੀ ਵੀਰੇ, ਤੁਸੀਂ ਸਾਡੇ ਛੋਟੇ ਵੀਰ ਜੇ, ਬਹੁਤ ਸਤਿਕਾਰਤ ਜੇ, ਬੜੇ ਹਿੰਮਤੀ ਜੇ, ਸਾਡੇ ਤੇ ਮਾਣ ਹੈ। ਮੇਰੀ ਜਿਹਨੇ ਕੀਤੀ ਆ ਉਹਨੂੰ ਵੀ ਪਤਾ ਆ, ਜਿਹਦੇ ਨਾਲ ਹੋਈ ਆ ਉਹਨੂੰ ਵੀ ਪਤਾ ਆ, ਸਾਰੇ ਲੋਕਾਂ ਨੂੰ ਪਤਾ ਆ। ਮੈਂ ਤੁਹਾਡਾ ਨਾਂ ਨੀ ਲਿਆ, ਜਿਹਨੇ ਕੀਤੀ ਆ ਉਹ ਸਿਰਸਾ ਸਾਹਿਬ ਮੰਨਣ ਨਾ ਮੰਨਣ ਜਿਹੜਾ ਕਰਕੇ ਆ ਉਹ ਮੰਨੇ ਨਾ ਮੰਨੇ, ਮੈਂ ਕਿਸੇ ਦਾ ਨਾਂ ਨਹੀਂ ਰਹਿ। ਤੁਸੀਂ ਤਾਂ ਮੇਰਾ ਕਿਹਾ ਵੀ ਜਿਹਨਾਂ ਨੇ ਬਾਈਕਾਟ ਕੀਤਾ ਵੀ ਉਹ ਸਾਡੇ ਨਵੇਂ ਸੱਜਣ ਕਹਿ ਰਹੇ ਹੋ, ਮੈਨੂੰ ਤਾਂ 23-24 ਸਾਲ ਹੋ ਗਏ। ਨਹੀਂ ਹੋਰ ਤਾਂ ਤੁਸੀਂ ਵੀ ਜਿਹਨਾਂ ਨੇ ਜ਼ਮੀਰ ਦੀ ਆਵਾਜ਼ ਨਾ ਕਿ ਮੈਂ ਬਾਈਕਾਟ ਕੀਤਾ, ਮੇਰਾ ਹੋਰ ਕੋਈ ਕਿਹਨੇ ਕੀਤਾ ਬਾਈਕਾਟ, ਤਾਂ ਮੈਂ ਹੀ ਕੀਤਾ ਬਾਈਕਾਟ ਕੀਤਾ ਯਾਰ, ਕੀਤਾ ਵੀ ਹੋਰ ਵੀ ਹੋਵੇ ਜੀ। ਇਹ ਉਹੀ ਸਾਡਾ ਆਗੂ ਮੀਟਿੰਗ ਕਰਦਾ ਫਿਰਦਾ ਹੁਣ ਬੀਜੇਪੀ ਦੇ ਨਾਲ, ਦੱਸੋ ਅਸੀਂ ਕੀ ਲੈਣਾ ਬੀਜੇਪੀ ਤੋਂ? ਆਪਾਂ ਜੀ ਤੁਸੀਂ ਮੇਰਾ ਨਾਲ ਕੀ ਜਾਂਦਾ ਬੀਜੇਪੀ ਨਾਲ, ਮੈਂ ਤਾਂ ਕਿਸੇ ਪਾਰਟੀ ਦੇ ਨਾਲ ਕੋਈ ਲੜ ਨਹੀਂ ਹੈ ਨਹੀਂ। ਮੇਰੀ ਸੁਣੋ ਜੀ, ਮੈਂ ਇੱਕ ਬੇਨਤੀ ਕਰਾਂ ਜੀ। ਹਾਂ ਜੀ, ਮੈਂ ਇੰਨਾ ਜ਼ਰੂਰ ਕਹੂੰਗਾ, ਇੱਕ ਪਾਰਟੀ ਸਿਸਟਮ ਹੈ, ਅੱਜ ਪਾਰਟੀ ਜੇ ਕ੍ਰਾਈਸਿਸ 'ਚ ਹੈ, ਜਿਸ ਪਾਰਟੀ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਆ ਜੀ, ਉਸ ਪਾਰਟੀ ਦੇ ਨਾਲ ਮਨੁੱਖ ਨੂੰ ਨਿਭਣਾ ਚਾਹੀਦਾ ਹੈ ਔਰ ਪਾਰਟੀ ਜਾਬਤੇ ਦੀ ਪਾਲਣਾ ਕਰਨੀ ਚਾਹੀਦੀ, ਚਾਹੇ ਵਿਰਸਾ ਸਿੰਘ ਬਲਟੋਹਾ ਹੋਵੇ। ਪਰ ਨਾਲ ਦੀ ਨਾਲ ਮੈਂ ਬੇਨਤੀ ਕਰ ਲਾ, ਮੈਂ ਹੁਣ ਪੂਰਾ ਜਵਾਬ ਦਊਂਗਾ ਤੁਹਾਡੇ ਸਲੀ ਕਰਾ ਦਾ ਵੀਰੇ, ਕੋਈ ਨੀ। ਮੈਂ ਤੁਹਾਡੇ ਦੇਖੋ, ਜਿੱਥੋਂ ਤੱਕ ਮਨਜਿੰਦਰ ਸਿੰਘ ਸਿਰਸੇ ਦੀ ਗੱਲ ਹੈ ਨਾ ਜੀ, ਉਹ ਇਹ ਸੌਂ ਖਾ ਜੇ ਕਿ ਉਹਨੇ ਪੰਜਾਬ ਦਾ ਕੋਈ ਅਕਾਲੀ ਛੱਡਿਆ ਜਿਹਨੂੰ ਉਹਨੇ ਫੋਨ ਨੀ ਕੀਤਾ ਬੀਜੇਪੀ 'ਚ ਸ਼ਾਮਲ ਹੋਣ ਵਾਸਤੇ। ਮੈਂ ਨਾਂ ਨੀ ਲਿਆ ਤੁਸੀਂ ਬਣਾਈ ਜਾਂਦੇ ਜੇ ਚਲੋ ਗੱਲ ਖਤਮ ਹੈ। ਦੇਖੋ ਮੈਂ ਤੇਰੇ ਤੋਂ ਉਮਰ ਚ ਡਿਓੜਾ ਹੋਣਾ, ਮੈਂ ਤੇਰੇ ਤਰਲੇ ਮਾਰੇ ਮਨਪ੍ਰੀਤ, ਪਾਰਟੀ ਨੇ ਆਪਾਂ ਨੂੰ ਇੱਥੋਂ ਤੱਕ ਪਹੁੰਚਾਇਆ ਆ, ਮਜੀਠੀਆ ਸਾਹਿਬ ਜਿਨ੍ਹਾਂ ਦਾ ਤੇਰੇ ਸਿਰ ਮੇਰੇ ਸਿਰ ਬੜੇ ਆਸਾਨ ਆ, ਉਹ ਜੇਲ੍ਹ 'ਚ ਬੈਠੇ ਆ, ਪਾਰਟੀ ਪ੍ਰਧਾਨ ਆਪਣੇ ਨਾਲ ਨਿਭਦੇ ਰਹੇ ਆ, ਪਾਰਟੀ ਪ੍ਰਧਾਨ ਦਾ ਕੋਈ ਗੁਨਾਹ ਨੀ ਹੈਗਾ। ਹਾਂਜੀ, ਆਪਾਂ ਇਵੇਂ ਲੋਕਾਂ ਦੇ ਮਗਰ ਲਾ ਕੇ ਆਪਾਂ ਝੰਡਾ ਚੁੱਕੀ ਫਿਰੀਏ, ਮੈਂ ਤਰਲੇ ਮਾਰੇ ਕਿ ਨੀ ਮਾਰੇ ਤੁਹਾਡੇ? ਕੋਈ ਮਰਦ ਦੁਨੀਆ ਦਾ ਉਹ ਮਰਦ ਨੀ ਘਵਾ ਸਕਦਾ ਜਿਹੜਾ ਜਦੋਂ ਯਾਰ ਮੁਸੀਬਤ ਚ ਹੋਵੇ ਉਦੋਂ ਪਿੱਠ ਦੇਵੇ, ਭਾਵੇਂ ਸਾਰਾ ਟੁੱਗਾ ਚੋੜ ਹੋ ਜਾਏ ਯਾਰ, ਸਿਆਸਤ ਗਈ ਢੱਠੇ ਖੂਹ ਚ ਯਾਰ, ਨਾ ਜ਼ਿੰਦਗੀ ਚ ਭੱਜਣਾ ਕਦੇ, ਇਹ ਵੀ ਸੁਣ ਲਓ। ਪਰ ਮੇਰੀ ਗੱਲ ਸੁਣੋ ਧਿਆਨ ਨਾਲ, ਮਸਲਾ ਇੱਕ ਜਿਹੜੀ ਸਿੱਖਾਂ ਦੀ ਸੰਸਥਾ ਵਾ ਨਾ, ਉਹ ਇੱਕ ਵੱਖਰੀ ਆ, ਨਿੱਜੀ ਤੌਰ ਤੇ ਤੁਸੀਂ ਭਾਜੋ, ਮੈਂ ਨੀ ਭਾਜਦਾ ਯਾਰ, ਮੈਨੂੰ ਇਹਨਾਂ ਸਾਰੇ ਨਿੱਜੀ ਤੌਰ ਤੇ ਭਾਜੋ, ਜਿੱਥੇ ਮਰਜ਼ੀ ਭਾਵਨਾਵਾਂ ਦੀ ਗੱਲ ਆ ਨਾ, ਜਿੱਥੇ ਪੂਰੀ ਕੌਮ ਦੀ ਗੱਲ ਆ, ਉੱਥੇ ਗਦਾਰੀ ਨੀ ਹੋਣੀ ਸਾਡੇ ਤੋਂ, ਅਸੀਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਗਦਾਰੀ ਨਹੀਂ ਕਰਨੀ, ਤੁਸੀਂ ਜੋ ਮਰਜ਼ੀ ਕਰ ਲਿਓ, ਮੈਂ ਦੱਸਦਾ ਪਰਸਨਲ ਵੀ ਮਸਲਾ ਉਹ
अपने खुला टाइम है सारे अकाली दल करके श्रोमणी अकाली दल करके ओहदे लई लड़ रहे हां कोई ओहदे लई नहीं लड़ रहे जे कोई निजी सुखबीर सिंह बादल नूं साडी लोड़ है जिथे मर्जी खड़ा लैण ਇੱਕ ਆਪਦੀ ਪਾਰਟੀ ਬਣਾਉਣ ਜੀ ਉਹਨਾਂ ਨਾਲ ਖੜ ਜਾਂਦੇ ਆ ਜਾ ਕੇ ਇਹ ਪੰਥ ਦੀ ਪਾਰਟੀ ਨੂੰ ਪੰਥ ਦੇ ਹਵਾਲੇ ਕਰਕੇ ਇਹਨੂੰ ਤਗੜਾ ਕਰੀਏ ਬਸ ਇੰਨਾ ਹੀ ਮਤਲਬ ਆ ਮੇਰੀ ਬੇਨਤੀ ਹੈ ਨੀ ਕਿ ਵਿਸਾ ਸਿੰਘ ਬਲਟੋਹਾ ਨੂੰ ਕੌਮ ਦੀਆਂ ਭਾਵਨਾਵਾਂ ਸੁਣਾਉਣਗੇ ਗਦਾਰੀ ਦੀਆਂ ਗੱਲਾਂ ਸੁਣਾਉਣਗੇ ਜਿਹੜਾ 10 ਸਾਲ ਜੇਲ੍ਹ ਕੱਟ ਕੇ ਆਇਆ ਤੇ ਜਿਹਨੇ ਛਿੱਤਰ ਵੀ ਖਾਦੇ ਆ ਤੇ 24 ਫੇਸ ਵੀ ਭੁਗਤੇ ਆ ਉਦੋਂ ਮਨਪ੍ਰੀਤ ਸਿੰਘ ਯਾਰੀ ਹੋਣਾ ਤੇ ਪਰ ਕਾਂਗਰਸ ਦੇ ਨਾਲ ਹੁੰਦਾ ਸੀਗਾ ਮੈਂ ਬੋਲਿਆ ਨੀਗਾ ਮੇਰੀ ਬੇਨਤੀ ਨੀ ਕਿ ਮੈਨੂੰ ਤੁਸੀਂ ਕੌਮ ਦੀਆਂ ਭਾਵਨਾਵਾਂ ਦੀ ਗੱਲ ਕਰੋਗੇ ਯਾਰ ਜੋ ਮਰਜ਼ੀ ਹੋਵੇ ਤੂੰ ਸੁਖਬੀਰ ਸਿੰਘ ਬਾਦਲ ਦਾ ਗਨਾਹ ਦੱਸ ਦੇ ਤੂੰ ਗਨਾਹ ਦੱਸ ਦੇ ਵੀ ਉਹਦਾ ਬੰਦੇ ਦਾ ਆਹ ਗਨਾਹ ਉਹ ਚਾਹ ਕਮੀ ਹੈ ਇਸ ਕਰਕੇ ਜਿਹੜਾ ਜੀ ਉਹਦਾ ਉਹ ਨੁਕਸਾਨ ਲੋਕ ਕੀ ਕਹਿੰਦੇ ਲੋਕਾਂ ਦਾ ਮਗਾ ਕੇ ਥੋੜੀ ਗੱਲ ਕਰਨੀ ਹੈ ਮੈਂ ਇੱਕ ਹੋਰ ਸਵਾਲ ਪੁੱਛ ਲੈਣਾ ਤੁਸੀਂ ਬਲਟੋਹਾ ਸਾਹਿਬ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਲੈਂਦੇ ਹੋ ਕਰ ਰਹੇ ਹੋ ਮੈਂ ਸਿੱਧਾ ਸਵਾਲ ਹੀ ਪੁੱਛ ਲੈਣਾ ਅਯਾਲੀ ਸਾਹਿਬ ਤੁਸੀਂ ਚਾਹੁੰਦੇ ਹੋ ਵੀ ਸੁਖਬੀਰ ਸਿੰਘ ਬਾਦਲ ਹਟ ਜਾਣ ਪ੍ਰਧਾਨਗੀ ਤੋਂ ਕੀ ਇਹੀ ਮੁੱਦਾ ਇੰਟਰਨਲ ਮਾਮਲਾ ਪਾਰਟੀ ਦਾ ਹਜੇ ਇਹ ਇੰਟਰਨਲ ਮਾਮਲੇ ਨੇ ਅਸੀਂ ਤਾਂ ਪਾਰਟੀ ਦੀ ਮਜ਼ਬੂਤੀ ਚਾਹੁੰਦੇ ਹਾਂ ਇੰਟਰਨਲ ਮਾਮਲੇ ਆ ਓਪਨਲੀ ਹਜੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਨਹੀਂ ਫਿਰ ਕਿਵੇਂ ਮਜ਼ਬੂਤੀ ਪਾਰਟੀ ਦੀ ਹੋਏਗੀ ਚਲੋ ਇਹ ਦੱਸ ਮੈਂ ਤਾਂ ਹਜੇ ਤੱਕ ਸਿਰਫ ਗੱਲ ਕੀਤੀ ਆ ਦੇਖੋ ਜਦੋਂ ਅਸੀਂ ਹਲਕਿਆਂ 'ਚ ਗਏ ਆ ਨਾ ਜੀ 100 ਹਲਕਿਆਂ 'ਚ ਵਰਕਰਾਂ ਨੇ ਸਾਨੂੰ ਕਿਹਾ ਵੀ ਚਮਚੇ ਹੋ ਤੁਸੀਂ ਸੁਖਬੀਰ ਦੇ ਥੋੜੇ ਜਿਹੇ ਹਿੰਮਤ ਨਹੀਂ ਗੱਲ ਕਰਦੀ ਸੱਚ ਤੁਸੀਂ ਸਮਾਂ ਖਰਾਬ ਕਰਨ ਆਏ ਹੋ ਸਾਡਾ ਅਸੀਂ ਨਾ ਚਮਕੇ ਇੱਕ ਪਾਰਟੀ ਦੇ ਵਰਕਰਾਂ ਦੀ ਭਾਵਨਾਵਾਂ ਦੀ ਗੱਲ ਕੀਤੀ ਹੋਰ ਕੋਈ ਗੱਲ ਨਹੀਂ ਹੈਗੀ ਨਾ ਅਸੀਂ ਚਮਕੇ ਹੈਗੇ ਨਾ ਹੋਣਾ ਤੁਸੀਂ ਉਹ ਸਾਰੀਆਂ ਕੋਈ ਫਾਇਦਾ ਨੁਕਸਾਨ ਦਾ ਵੱਖਰੀ ਗੱਲ ਹੈ ਇੱਕ ਸੰਸਥਾ ਦੀ ਗੱਲ ਹੈਗੀ ਆ ਉਹਦੇ ਲਈ ਨਿੱਜੀ ਰਿਲੇਸ਼ਨ ਕੋਈ ਹੁਣ ਚਾਹੇ ਮੇਰਾ ਭਰਾ ਹੋਵੇ ਮੈਂ ਕਹਿੰਦਾ ਜੇ ਵਿਕਰਮ ਭਰਾ ਦੇ ਕਿ ਇੱਕ ਸੰਸਥਾ ਜਿਹੜੀ ਸਿੱਖਾਂ ਦੀ ਉਹਦੇ ਲਈ ਕੋਈ ਸਮਝੌਤਾ ਨਹੀਂ ਹੈਗਾ ਬਸ ਇੰਨਾ ਹੀ ਮਤਲਬ ਇਹਨਾਂ ਨਾਲ ਮੈਂ ਇਹ ਗੱਲ ਕੀਤੀ ਆ ਮੈਂ ਸੁਖਬੀਰ ਜੀ ਨਾਲ ਇਹ ਗੱਲ ਕੀਤੀ ਆ ਨਹੀਂ ਤੁਸੀਂ ਇੱਕ ਸੈਕਿੰਡ ਬਲਟੋਹਾ ਸਾਹਿਬ ਇੱਕ ਸੈਕਿੰਡ ਜਿਹੜੀ ਗੱਲ ਅਯਾਲੀ ਸਾਹਿਬ ਤੁਸੀਂ ਕੀਤੀ ਹੈ ਕੀ ਇਹ ਇਨ ਬਿਨ ਰਿਪੋਰਟ 'ਚ ਲਿਖੀ ਹੈ ਇਹਨਾਂ ਨੂੰ ਸਭ ਕੁਝ ਪਤਾ ਵਾ ਕਿਉਂਕਿ ਇਹ ਤੇ ਅੱਜ ਹੀ ਬਲਟੋਹਾ ਸਾਹਿਬ ਨੇ ਪ੍ਰੈਸ ਕਾਨਫਰੰਸ 'ਚ ਗੱਲ ਕਹੀ ਹੈ ਵੀ ਪ੍ਰਧਾਨ ਦੇ ਖਿਲਾਫ ਰਿਪੋਰਟ 'ਚ ਕੁਝ ਨਹੀਂ ਹੈ ਨਹੀਂ ਹੈ ਜੇ ਦੱਸਣ ਅਯਾਲੀ ਸਾਹਿਬ ਦੱਸਣ ਵਿੱਚ ਹੈ ਕਿ ਕਿਸੇ ਦਾ ਨਾਮ ਲੈਣੇ ਅਯਾਲੀ ਸਾਹਿਬ ਦੱਸਣ ਵਿੱਚ ਹੈ ਕਿ ਨਹੀਂ ਹੈ ਕੁਝ ਨਹੀਂ ਹੈ ਉਹਦੇ ਵਿੱਚ ਇਹ ਉਸ ਵੇਲੇ ਬਲਟੋਹਾ ਸਾਹਿਬ ਪ੍ਰਗਟ ਜੀ ਜੀ ਬੋਲ ਸਕਦੇ ਹੋ ਕਹਿ ਸਕਦੇ ਮੈਂ 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 ਬੇਨਤੀ ਕਰਾਂ ਜੇ ਅਯਾਲੀ ਸਾਹਿਬ ਦੀ ਮੁਸ਼ਕਲ ਹੈ ਇਹਨਾਂ ਨੂੰ ਈਡੀ ਤੰਗ ਕਰਦੀ ਹੈ ਜਾਂ ਆਈਟੀ ਤੰਗ ਕਰਦੀ ਹੈ ਇਨਕਮ ਟੈਕਸ ਤੰਗ ਕਰਦਾ ਹੈ ਜੇ ਤੁਹਾਨੂੰ ਗੱਲ ਕਰਨ ਦਾ ਅਧਿਕਾਰ ਮੈਨੂੰ ਨੀ ਹੈਗਾ ਮੇਰੀ ਯਾਰ ਗੱਲ ਸੁਣ ਯਾਰ ਇੱਕ ਮਿੰਟ ਮੇਰੀ ਬੇਨਤੀ ਹੈ ਨੀਗਾ ਚਲੋ ਮੈਂ ਨਿੱਜੀ ਨੀ ਕਰ ਰਿਹਾ ਮੇਰੇ ਪੈਣ ਤੇ ਖੜੇ ਆ ਕੋਈ ਡਰਨ ਵਾਲੀ ਗੱਲ ਨੀ ਨਾ ਡਰੇ ਆ ਨਾ ਡਰਨਾ ਮਨਪ੍ਰੀਤ ਆਪਾਂ ਰਿਪੋਰਟ ਤਿਆਰ ਕੀਤੀ ਤੁਹਾਡੇ ਬਾਰੇ ਨਾ ਕਰੋ ਚੰਗੀ ਗੱਲ ਆ ਡਾਕਟਰ ਸੁੱਖੀ ਇੱਕ ਸੈਕਿੰਡ ਤੁਸੀਂ ਹੋਲਡ ਰੱਖਿਓ ਪਲੀਜ਼ ਹਾਂਜੀ ਸਾਹਿਬ
पार्टी की मजबूती करना जो तुम बोलते जे चाहे सोशल मीडिया बोलते जे मीडिया बोलते जे जो कुछ करते जो उस खबर की लगती है ये पार्टी को मजबूत करने वाली हरिया चुकी हरिया तुसा देखिया ही नहीं पार्टियां तो यह वक्त भी आंदे है हरिया चुकी हरिया चुके ना करो इस तरह हरिया चुके नहीं हों संघर्ष संघर्ष पार्टिया से संघर्ष किए मेरे को जवाब है पखंड बनाया अकाली दल पता नहीं मगर लागे लगे एक मिनट अयाली साहब अल्टोआ साहब मेरी मेरी दोनों रिक्वेस्ट है कि आप थोड़ा मयार बरकरार नहीं नहीं मयार बरकरार चंगा नहीं लगता आप टीवी स्क्रीन से बैठे हैं और उस तरीके गलबात कर रहे हैं आप रिएक्शन लिया सीधी गल उन्होंने कही है कि होची राजनीति है अकाली दल ने होची राजनीति की है कि बीजेपी को आप वोट पाई है तो इल्जाम साढ़े ते ला रहे हैं ये गल कहो आप मेरी बेनती इनी अयाली साहब सीधा सवाल है कि अयाली साहब जो साडे वर्गे पार्टिया संघर्ष करते रहे उदो तुसी है नहीं सी दूजी गल माहौल गलबात जे तर्क नाल गल होवे चलो मैं तुसी बलटोआ साहब बने रहना मैं काफी देर तो सरीन साहब इंतजार कर रहे हैं गल बीजेपी की हो रही है सरीन साहब तो जवाब ले लिए सरीन साहब हुण तुसी सारी गल सुन ली ना मैं बोलिया और थोनू भी मैं होल्ड करा के रखिया हुण तुसी इस गल का जवाब दे दिओ सरीन साहब आवाज मिल पा रही है मेरी शायद मेरी आवाज नहीं पहुंच पा रही बलटोआ साहब अनिल सरीन होरां नूं पहला मैं उन्हां तो प्रतिक्रम लिया सी साढ़े नाल मनजिंदर सिरसा जुड़ गए ने सिरसा साहब तुहाडा बहुत जिक्र हो रहा है बलटोआ साहब जुड़े हुए ने उन्होंने फिर यह गल कही मनप्रीत अयाली होरां नूं भी मैं जोड़िया सी पर वो काफ़ी देर उन्होंने रहे ने लाइव फिर उस तो बाद उन्हां दा फोन डिसकनैक्ट हो गया सो जिक्र थोड़ा थोड़ा हो रहा और आज प्रेस कॉन्फ्रेंस दे विच भी होया बलटोआ साहब जुड़े ने देखो मैं नहीं समझता कि चंगी गल हैगी आ जी मैं बलटोआ साहब दा सम्मान करदा है चलो सीनियर आगू आ असी उस पार्टी च इकट्ठे काम कीता जिथे इकट्ठे रहे होइए उथे कोशिश करनी चाहिए किसी ते निजी गल ना बोलो और कोई अपनी गल आपस अंदर जिहड़ियां होईयां उन्होंने ते नहीं कोशिश करनी चाहिए गुरेज करिए जी दूजी गल देखो जे तुसीं पंजाब दे हितेशी जे तुसीं पंथ दे हितेशी जे तुसीं वो गल्लां करो जिहड़ियां पंथ नूं और पंजाब नूं सोभदियां होण रोज इक्को ही ख्याल चैप्टर खोल के बह जांदे ने कदी जी सिरसा जी ऐ सिरसा ने सानूं छड्डता सिरसा साडी पार्टी जित्ती सी उत्थे बलटोआ साहब इस गल तों भली भांति जाणू ने कि दिल्ली दे अंदर अकाली दल किवें जित्ती सीगी जे अकाली दल बादल साहब दे नाम नूं जित रही सी असीं उहनां दी जरूर फोटो ला के इलेक्शन लड़ना कोई वोट पाउण नूं तैयार नहीं सीगा लेकिन मैं उहनां सारियां गल्लां च ना जाणा नहीं जाणा चाहुंदा मेरा इक्को क्योंकि मेरा हुण कोई मकसद नहीं हैगा और मैं इस गल जरूर कहना चाहुंदा मैं ना अयाली साहब नूं
ਅਕਾਲੀ ਦਲ ਛੱਡਣ ਤੋਂ ਬਾਅਦ ਕਿਸੇ ਸੋਸ਼ਲ ਫੰਕਸ਼ਨ ਚ ਵੀ ਨਹੀਂ ਮਿਲਿਆ, ਵਰਨਾ ਮਿਲਣਗੇ ਜ਼ਰੂਰ ਮਿਲੂੰਗਾ, ਬਲਟੋਆ ਸਾਹਿਬ ਮਿਲਣਗੇ, ਉਹਨਾਂ ਦਾ ਵੀ ਸਨਮਾਨ ਕਰਾਂਗੇ, ਲੇਕਿਨ ਮੈਂ ਮਿਲਿਆ ਨੀ, ਨਾ ਮੈਂ ਕਦੀ ਫੋਨ ਤੇ ਗੱਲ ਕੀਤੀ। ਅੱਜ ਮੈਨੂੰ ਬੜਾ ਇੱਕ ਦੁੱਖ ਹੋਇਆ ਕਿ ਤੁਸੀਂ ਹਰ ਵੇਲੇ ਜਿਸ ਤਰ੍ਹਾਂ ਕੋਈ ਸਰਫ ਦੇ ਅੰਦਰ ਬੰਦਾ ਕੱਪੜੇ ਧੋਂਦਾ ਹੈ ਨਾ, ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਪਾਪ ਧੋਣ ਵਾਸਤੇ ਰੋਜ਼ ਜਿਸ ਤਰ੍ਹਾਂ ਬੀਜੇਪੀ ਦਾ ਨਾਮ ਇਸਤੇਮਾਲ ਕਰਦੀ, ਤੇ ਜੇ ਬੀਜੇਪੀ ਏਡੀ ਮਾੜੀ ਪਾਰਟੀ ਆ ਤੇ ਤੁਸੀਂ ਵੋਟਾਂ ਪਾਉਣ ਕਿਉਂ ਜਾਂਦੇ ਜੀ ਪਿੱਛੇ ਪਿੱਛੇ? ਰਾਸ਼ਟਰਪਤੀ ਦੀ ਵੋਟ ਪਾਉਣ ਤੁਸੀਂ ਗਏ, ਉਪ ਰਾਸ਼ਟਰਪਤੀ ਦੀ ਵੋਟ ਪਾਉਣ ਤੁਸੀਂ ਗਏ, ਜੇ ਮਾੜੀ ਪਾਰਟੀ ਆ ਤੇ ਕਿਉਂ ਜਾਂਦੇ ਜੀ? ਇਹ ਵੀ ਲੋਕਾਂ ਨੂੰ ਦੱਸ ਦਿਓ। ਜਾਂ ਤੁਹਾਡੀ ਸਿਲੈਕਟਿਵ ਏਜੰਡਾ ਹੈ ਵੀ ਜਦੋਂ ਤੇ ਅਸੀਂ ਮਾੜਾ ਬੋਲਣਾ ਉਦੋਂ ਮਾੜਾ ਬੋਲਾਂਗੇ, ਤੇ ਜਦੋਂ ਸਾਨੂੰ ਲੋੜ ਪਵੇ ਅਸੀਂ ਪਿੱਛੇ ਪਿੱਛੇ ਵੀ ਜਾਵਾਂਗੇ। 20 ਸਾਲ ਤੁਸੀਂ ਇਕੱਠੇ ਰਹੇ, ਸੱਤਾ ਇੰਜੋਏ ਕੀਤੀ, 2 ਵਾਰਾਂ ਮੰਤਰੀ ਬਣੇ, 2 MPਾਂ ਦੇ ਬਾਵਜੂਦ ਤੁਹਾਨੂੰ ਮੰਤਰੀ ਬਣਾਇਆ, ਚੰਗਾ ਨੀ ਲੱਗਦਾ। ਬਾਕੀ ਜੇ ਹੁਣ ਸ਼ੁਰੂ ਕਰਨਗੇ ਤੇ ਖਤਮ ਨੀ ਕਰਨ ਦੀ ਗੱਲ ਕਰਨਗੇ ਤੇ ਫਿਰ ਲੱਗੇ ਰਹਾਂਗੇ, ਲੇਕਿਨ ਮੈਂ ਸਮਝਦਾ ਨੀ ਕਿ ਚੰਗੀਆਂ ਗੱਲਾਂ ਨੇ, ਇਹਨਾਂ ਕੰਮਾਂ ਚ ਨਾ ਪਿਆ ਜਾਵੇ ਤੇ ਚੰਗੀ ਗੱਲ ਆ। ਇਹਨਾਂ ਦਾ ਅੰਦਰੂਨੀ ਪਾਰਟੀ ਦਾ ਮਾਮਲਾ, ਅੰਦਰੂਨੀ ਲੀਡਰਾਂ ਦਾ ਨਾਮ ਲੈ ਕੇ ਸੁਲਝਾਉਣ, ਸਾਨੂੰ ਕਿਉਂ ਇਨਵੋਲਵ ਕਰਦੇ ਨੇ? ਬਾਕੀ ਇੱਕ ਗੱਲ ਮੈਂ ਜ਼ਰੂਰ ਕਹਿ ਦੇਣਾ ਚਾਹੁੰਦਾ, ਮਾਣਯੋਗ ਵਿਰਸਾ ਸਿੰਘ ਉਲਟੋਆ ਜੀ ਵੀ ਜਾਣਦੇ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਕੋਈ ਪ੍ਰਧਾਨ ਮੰਨਣ ਨੂੰ ਤਿਆਰ ਨਹੀਂ, ਇਹ ਸੱਚਾਈ ਇਹ ਵੀ ਜਾਣਦੇ ਨੇ, ਪਰ ਮੇਰਾ ਇਸ ਪਾਰਟੀ ਨਾਲ ਸਰੋਕਾਰ ਨਹੀਂ, ਇਸ ਕਰਕੇ ਮੈਨੂੰ ਕੋਈ ਬੋਲਣ ਦਾ ਅਧਿਕਾਰ ਵੀ ਨਹੀਂ। ਉਲਟੋਆ ਸਾਹਿਬ ਜਵਾਬ ਦੇ ਦਿਓ ਜੀ। ਦੇਖੋ ਮੈਂ ਕੋਈ ਬੇਨਤੀ ਕਰਾਂ ਜੀ, ਜੀ ਕੀ ਕਹਿੰਦੇ ਆ ਵੀ ਜਿਹਦੇ ਨਾਲ ਖਾਧਾ ਹੋਵੇ ਨਾ ਤੇ ਫਿਰ ਉਹਦੇ ਬਾਰੇ ਕੋਈ ਸ਼ਬਦ ਤੁਸੀਂ ਵਰਤੋ, ਤੇ ਦੁਪਹਿਰੇ ਅਸੀਂ ਰੋਟੀ ਇਕੱਠੀ ਖਾਧੀ ਹੋਵੇ ਤੇ ਸ਼ਾਮਾਂ ਨੂੰ ਪਤਾ ਲੱਗੇ ਕਿ ਤੁਸੀਂ ਆ ਕੇ ਵਿਰੋਧੀਆਂ ਦੇ ਖੇਮੇ 'ਚ ਚਲੇ ਗਏ ਜੇ, ਹਾਂਜੀ ਫਿਰ ਕਿਤਨਾ ਲੱਗੂਗਾ ਜੀ? ਮੈਨੂੰ ਕਿਤਨਾ ਚੰਗਾ ਲੱਗੂਗਾ? ਲੱਗੂਗਾ? ਹਾਂ ਇਹ ਗੱਲ ਜ਼ਰੂਰ ਹੈ ਕਿ ਵਿਰਸਾ ਸਿੰਘ ਬਲਟੋਹਾ ਉਹ ਹੈ ਜਿਹੜਾ ਕਹਿੰਦਾ ਕਿ ਹਮ ਝੁਕੇਂਗੇ ਨਹੀਂ, ਆਪ ਡਰਾਉਣਾ ਚਾਹਤੇ, ਹਮ ਝੁਕੇਂਗੇ ਨਹੀਂ, ਜਾ ਕੇ ਧੋਣ ਅੱਗੇ ਕਰਕੇ ਮੇਜਰ ਕਾ ਜਾ ਕੇ ਪਰਨਾ ਗੱਲ ਚ ਪਾਈ ਜਾਵੇ ਤੇ ਉਪਦੇਸ਼ ਸੁਖਬੀਰ ਸਿੰਘ ਬਾਦਲ ਨੂੰ ਦੇਵੇ, ਯਾਰ ਤੂੰ ਗੱਲ ਤਾਂ ਕਰੀ। ਮੈਂ ਮੇਰਾ ਛੋਟਾ ਵੀਰ ਹੈ ਤਾਂ ਮਨਿੰਦਰ ਸਿੰਘ ਜਵਾਬ ਦਊਂਗਾ, ਮੈਂ ਵੀ ਸਾਰੇ ਜਵਾਬ ਦੇ ਕੇ ਜਾਊਂਗਾ, ਬੋਲੋ ਚੰਗੀ ਤਰ੍ਹਾਂ। ਤੁਸੀਂ ਆਪਣੀ ਗੱਲ ਕਰੋ, ਆਪਾਂ ਸਿਰਸਾ ਜੀ ਜੁੜੇ ਨੇ, ਕੋਈ ਚੱਕਰ ਆ ਜਾਈਏ। ਜੇ ਸਰ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਇੰਨਾ ਮਾੜਾ ਸੀ, ਹਾਂਜੀ ਤੇ ਫਿਰ ਪਹਿਲੋਂ ਕਿਉਂ ਨੀ ਸੀ ਛੱਡਿਆ ਜਦੋਂ ਸੱਤਾ ਤੇ ਸੀਗੇ ਜੀ? ਉਦੋਂ ਕਿਉਂ ਨੀ ਛੱਡ ਕੇ ਪਾਸੇ ਚਲੇ ਗਏ? ਹਾਂਜੀ ਜਦੋਂ ਤੁਸੀਂ ਇੱਥੇ ਆਣ ਕੇ ਪੰਜਾਬ ਦੇ ਵਿੱਚ ਸਰਦਾਰੀਆਂ ਹੰਡਾਈਆਂ ਨੇ, ਤੁਹਾਨੂੰ ਉੱਥੇ ਘਰੋਂ ਚੱਕ ਕੇ ਲਿਆਣ ਕੇ ਕਿੱਥੋਂ ਦੀ ਕਿੱਥੇ ਕਿੱਥੇ ਦੀ ਕਿੱਥੇ ਕਿੱਥੇ ਚਾੜਿਆ? ਹਾਂਜੀ ਕਿਹਦੇ ਪਰਿਵਾਰ ਕਰਕੇ ਚਲੇ ਸੀਗੇ? ਕਿਹਦੀ ਅਗਵਾਈ ਥੱਲੇ ਚਲੇ ਸੀਗੇ? ਕਿਹਦੇ ਨਾਲ ਸਾਂਝ ਕਰਕੇ ਚਲੇ ਸੀਗੇ? ਤੁਸੀਂ ਸੇਵਾ ਵੀ ਕੀਤੀ, ਤੁਸੀਂ ਮਿਹਨਤ ਵੀ ਕੀਤੀ, ਮੈਂ ਵੀ ਤੁਹਾਨੂੰ ਇਸ ਗੱਲੋਂ ਐਪਰੀਸ਼ੀਏਟ ਕਰਦਾ ਰਿਹਾ ਕਿ ਤੁਸੀਂ ਇਨੀਸ਼ੀਏਟਿਵ ਬੜਾ ਲੈਂਦੇ ਜੇ, ਪਰ ਇਹ ਨੀ ਸੀ ਪਤਾ ਕਿ ਇਨੀਸ਼ੀਏਟਿਵ ਇਸ ਕਰਕੇ ਲੈਂਦੇ ਜੇ ਕਿ ਤੁਹਾਡੀਆਂ ਤਾਂਘਾਂ ਬੜੀਆਂ ਤਾਂ ਆਉਂਦੀਆਂ ਨੇ, ਤੁਹਾਡੀਆਂ ਤਾਂਘਾਂ ਬੜੀਆਂ ਤਾਂ ਆਉਂਦੀਆਂ ਨੇ। ਤੁਸੀਂ ਬਲਟੋਆ ਸਾਹਿਬ ਸਿਰਸਾ ਸਾਹਿਬ ਬਾਅਦ ਚ ਜੁੜੇ ਨੇ, ਤੁਸੀਂ ਪਹਿਲਾਂ ਇੱਕ ਗੱਲ ਕਹੀ ਕਿ ਅਕਾਲੀ ਦਲ ਦਾ ਕੋਈ ਐਸਾ ਲੀਡਰ ਨਹੀਂ ਜਿਹਨੂੰ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਫੋਨ ਨਹੀਂ ਕੀਤਾ ਪਿਛਲੇ ਦਿਨਾਂ ਦੇ ਵਿੱਚ? ਨਹੀਂ ਪਿਛਲੇ ਦਿਨਾਂ ਤੋਂ ਨਹੀਂ, ਬਹੁਤ ਚਿਰ ਦੇ ਲੱਗੇ ਅਸੀਂ ਆਪਸ ਵਿੱਚ ਗੱਲਾਂ ਕਰਦੇ ਰਹੇ ਨੇ, ਮੈਨੂੰ ਵੀ ਆਇਆ ਸੀਗਾ, ਮੈਨੂੰ ਵੀ ਕਹਿੰਦੇ ਸੀਗੇ ਇੱਕ ਕਮਲ ਦੇ ਫੁੱਲ ਦੀ ਬੜੀ ਵਧੀਆ ਖੁਸ਼ਬੂ ਆਊਗੀ, ਹਾਂਜੀ ਪ੍ਰਧਾਨ ਸਾਹਿਬ ਝੁਕੇ ਨੇ, ਮੈਂ ਨੀ ਝੁਕਿਆ, ਮੈਂ ਤੇ ਤਿੰਨੇ ਕਾਨੂੰਨੀ ਬਿੱਲਾਂ ਦੇ ਖਿਲਾਫ਼ ਲੜਿਆ ਹੈ, ਜਿੱਦਣ ਕਾਨੂੰਨ ਤਿੰਨੇ ਵਾਪਸ ਹੋਏ ਨੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਚ ਕਹਿ ਕੇ ਗਿਆ ਹੈ, ਔਰ ਤੁਹਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਤੇ ਕਾਨੂੰਨ ਬਣਨ ਵੇਲੇ ਵੀ ਸਿਰ ਝੁਕਾ ਕੇ ਤੇ ਮਧਾਨਗੀ ਲੈਣ ਵਾਸਤੇ ਤੇ ਆਪਣੀ ਬਚਾਉਣ ਦੀ ਔਰ ਆਪਣਾ ਮੰਤਰੀ ਪਦ ਬਚਾਉਣ ਵਾਸਤੇ ਉਦੋਂ ਵੀ ਨਾਲ ਖੜੇ ਰਹੇ, ਜਦੋਂ ਲੋਕਾਂ ਨੇ ਤੁਹਾਨੂੰ ਮਜਬੂਰ ਕਰਤਾ, ਲੋਕਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਪਿੰਡਾਂ 'ਚ ਤੁਹਾਡਾ ਵੜਨਾ ਬੰਦ ਕਰਤਾ, ਘਰ ਦੇ ਬਾਹਰ ਪ੍ਰਦਰਸ਼ਨ ਕਰਨ ਲੱਗ ਪਏ, ਨਾਅਰੇ ਲਾਉਣ ਲੱਗ ਪਏ, ਔਰ ਉਸ ਘਰ ਦੇ ਬਾਹਰ ਜਦੋਂ ਇੱਕ ਮੌਤ ਹੋ ਜਾਂਦੀ ਆ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਘਰਾਂ 'ਚੋਂ ਨਿਕਲਣਾ ਤਾਂ ਦੂਰ ਦੀ ਗੱਲ, ਲੋਕ ਵੱਟੇ ਮਾਰਨ ਲੱਗ ਪਏ, ਕਦੇ ਸੁਣਿਆ ਕਿਸੇ ਲੀਡਰ ਨੂੰ ਲੋਕ ਵੱਟੇ ਮਾਰਨ? ਸੜਕਾਂ 'ਤੇ ਲੋਕਾਂ ਨੇ ਤੁਹਾਨੂੰ ਵੱਟੇ ਮਾਰੇ, ਇੱਟੇ ਮਾਰੇ, ਭਜਾਇਆ ਤੁਹਾਨੂੰ, ਫਿਰ ਤੁਸੀਂ ਕਿਹਾ ਅਸੀਂ ਹੁਣ ਕੁਰਬਾਨੀ ਦੇਣ ਲੱਗੇ ਹਾਂ। ਕੁਰਬਾਨੀ ਵੀ ਦੇਖੋ ਕਦੋਂ ਦੇਣ ਲੱਗੇ, ਜਦੋਂ ਲੋਕ ਇੱਟਾਂ ਵੱਟੇ ਮਾਰਨ ਲੱਗ ਪਏ, ਪਰ ਅਸੀਂ ਕੁਰਬਾਨੀ ਦੇਣ ਲੱਗੇ ਹਾਂ, ਇਹ ਤਾਂ ਉਹਦੀ ਕੁਰਬਾਨੀ ਸੀ। ਦੂਜੀ ਗੱਲ, ਮੈਨੂੰ ਕੋਈ ਸਰਦਾਰੀਆਂ ਨਹੀਂ ਭੋਗੀਆਂ, ਮੇਰੀ ਕਾਬਲੀਅਤ ਸੀ, ਮੈਨੂੰ ਮੇਰੇ ਕੰਮਾਂ ਕਰਕੇ ਲੈ ਕੇ ਜਾਂਦੇ ਸੀ, ਪੂਰੇ ਦੇਸ਼ ਔਰ ਦੁਨੀਆ ਦੇ ਅੰਦਰ ਮੈਂ ਕੰਮ ਕਰਨ ਵਾਲਾ ਆਦਮੀ ਸੀਗਾ। ਔਰ ਬਲਟੋਆ ਸਾਹਿਬ, ਮੈਂ ਤੁਹਾਨੂੰ ਕਦੀ ਨਹੀਂ ਕਿਹਾ ਕਿ ਤੁਸੀਂ ਬੀਜੇਪੀ ਜੁਆਇਨ ਕਰੋ, ਤੁਸੀਂ ਆਪਣੇ ਬੱਚਿਆਂ ਦੀ ਸਹੁੰ ਚੁੱਕ ਕੇ ਕਹਿ ਦਿਓ ਸ੍ਰੀ ਦਰਬਾਰ ਸਾਹਿਬ
ਜੇ ਮੈਂ ਤੁਹਾਨੂੰ ਇੱਕ ਵਾਰ ਵੀ ਕਿਹਾ ਹੋਵੇ ਮੇਰੀ ਪਾਰਟੀ ਦੀ ਗੱਲ ਕਰਨੀ, ਮੈਂ ਰੋਜ਼ ਟੀਵੀਆਂ ਤੇ ਬੋਲਦਾ ਹੈ, ਮੈਂ ਅੱਜ ਵੀ ਕਹਿੰਦਾ ਪੰਜਾਬ 'ਚ ਅਕਾਲੀ ਦਲ ਦੇ ਦਾ ਵਜੂਦ ਖਤਮ ਆ, ਬੀਜੇਪੀ ਆਊਗੀ, ਇਹਦੇ 'ਚ ਕੀ ਮਾੜੀ ਗੱਲ ਆ? ਮੈਂ ਬੂਥ ਤੇ ਵੀ ਕਹਿੰਦਾ, ਟੀਵੀ ਤੇ ਵੀ ਕਹਿੰਦਾ ਹੈ, ਪਰ ਕਿਆ ਮੈਂ ਤੁਹਾਨੂੰ ਕਦੀ ਕਿਹਾ ਕਿ ਅਕਾਲੀ ਦਲ ਜੁਆਇਨ ਕਰੋ? ਤੁਸੀਂ ਆਪਣੇ ਬੱਚਿਆਂ ਦੀਆਂ ਗੁਰੂ ਸਾਹਿਬ ਦੇ ਵੱਲ ਮੂੰਹ ਕਰਕੇ ਕਹਿ ਦਿਓ ਮੈਂ ਮੰਨ ਜਾਵਾਂ ਇਸ ਗੱਲ ਨੂੰ। ਔਰ ਤੀਜੀ ਗੱਲ ਜਿਹੜੀ ਤੁਸੀਂ ਗੱਲ ਕਹੀ ਕਿ ਮਨਜਿੰਦਰ ਸਿੰਘ ਸਿਰਸੇ ਨੂੰ ਬਾਦਲ ਪਰਿਵਾਰ, ਕੋਈ ਨੀ ਚੇਤਾ ਰੱਖਣਾ, ਯਾਦ ਰੱਖੋ ਤਾਂ ਇਹਦੀ ਯਾਦਾਸ਼ਤ ਬਲਟੋਵਾ ਸਾਹਿਬ, ਤੁਸੀਂ ਕਿਹਾ ਕਿ ਨਾਲ ਬਹਿਣ, ਮੈਂ ਤੇ ਕਿਉਂ ਨਾਲ ਬਹਿਣ ਕਰਕੇ ਬੋਲਣਾ ਨੀ ਚਾਹੁੰਦਾ, ਪਰ ਤੁਸੀਂ ਲੋਕ ਮਜਬੂਰ ਕਰਦੇ ਜੀ। ਗੱਲ ਇਹ ਆ ਮੈਂ ਅਜੇ ਵੀ ਇੱਥੇ ਪੁਲਿਸ ਸਟਾਪ ਲਾ ਦਿੰਦਾ ਹੈ, ਕਿਉਂਕਿ ਜਾਣੂ ਤੁਹਾਨੂੰ ਵੀ ਪਤਾ ਕਿ ਅਸੀਂ ਆਪਸ 'ਚ ਕੀ ਗੱਲਾਂ ਕੀਤੀਆਂ ਨੇ, ਜੇ ਅਸੀਂ ਉਸ ਪਾਸੇ ਤੁਰ ਪਵਾਂਗੇ ਤਾਂ ਐਵੇਂ ਗੰਦ ਪਾਉਣ ਵਾਲਾ ਕੰਮ ਆਊਗਾ। ਮੈਂ ਇਹ ਕਹਿਣਾ ਚਾਹੁੰਦਾ ਹੈ, ਨਾ ਮੇਰੇ ਕਿਹਾ ਜੀ ਅਯਾਲੀ ਜੀ ਨਾਲ ਗੱਲ ਹੋਈ ਤੇ ਨਾ ਮੈਂ ਕਿਹਾ, ਪਰ ਜੇ ਮੈਂ ਤੁਹਾਨੂੰ ਪਾਰਟੀ ਜੁਆਇਨ ਕਰਨ ਵਾਸਤੇ ਬੀਜੇਪੀ ਕਿਹਾ ਸੀ, ਤੁਸੀਂ ਜ਼ਰੂਰ ਆਪਣੇ ਤੇ ਜਵਾਬ ਦੇ ਦਿਓ। ਮੈਨੂੰ ਸਿਰਸੇ ਨੇ ਕਿਹਾ ਸੀ ਵੀ ਆ ਕੇ ਪਾਰਟੀ ਜੁਆਇਨ ਕਰਨਾ, ਨਾ ਤੁਹਾਨੂੰ ਜੁਆਇਨ ਕਰਾਉਣਾ ਚਾਹੀਏ। ਮੈਂ ਤੁਹਾਨੂੰ ਹੋਰ ਵੀ ਦੱਸਦਾ, ਜੇ ਕਹੋ ਤਾਂ ਵੀ ਨਹੀਂ, ਤੁਸੀਂ ਵੀ ਕਹੋ ਤਾਂ ਵੀ ਨਹੀਂ ਹੋ ਸਕਦੀ, ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹੈ, ਤੁਹਾਡੇ ਘਰ ਦੇ ਕੱਪੜੇ ਨੇ ਘਰ ਬੈਠ ਕੇ ਧੋ, ਨਾ ਬਾਜ਼ਾਰ 'ਚ ਆਪਣਾ ਜਲੂਸ ਕੱਢੋ। ਸੱਚਾਈ ਤੁਹਾਨੂੰ ਵੀ ਪਤਾ ਹੈ ਤੇ ਸੱਚਾਈ ਮੈਨੂੰ ਵੀ ਪਤਾ ਹੈ। ਅੱਛੀ ਗੱਲ ਇਹ ਆ ਕਿ ਬਜਾਏ ਆਪਣੇ ਅੰਦਰ ਦੀਆਂ ਗੱਲਾਂ ਆਪ ਕਰ ਲਓ, ਨਾ ਲੋਕਾਂ ਵਿੱਚ ਇਨਵੋਲਵ ਕਰੋ ਤੇ ਨਾ ਲੋਕਾਂ ਤੋਂ ਗੱਲਾਂ। ਚਲੋ ਗੱਲ ਇਹ ਆ, ਸਿਰਸਾ ਸਾਹਿਬ ਤੁਹਾਡੀਆਂ ਪੱਟੀਆਂ ਪੜ੍ਹਾਈਆਂ ਸੱਜਣਾਂ ਦੇ ਕੰਮ ਆ ਰਹੀਆਂ ਨੇ, ਪੜ੍ਹਾਈ ਚੱਲੋ ਕਰੀ ਚੱਲੋ, ਇਸ ਕੰਮ 'ਚ ਬੜੇ ਤੁਸੀਂ ਮਾਰ ਜੇ। ਰਹਿ ਗਈ ਗੱਲ ਕਿਹਦੀ ਗੱਲ ਕਰ ਰਹੇ ਹੋ ਬਲਟੋਵਾ ਸਾਹਿਬ, ਕਿਹਦੀ ਗੱਲ ਕਰ ਰਹੇ ਹੋ? ਮੈਂ ਸਿਰਸਾ ਸਾਹਿਬ ਦੀ ਗੱਲ ਕਰਦਾ ਆ, ਜਿਹੜੇ ਪੱਟੀਆਂ ਪੜ੍ਹਾਉਂਦੇ ਨੇ। ਪੜ੍ਹਾਈਆਂ ਕਿਹਨੂੰ ਪੜ੍ਹਾਈਆਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਕਹਿੰਦੇ ਜਿੰਦ ਜਾਂ ਲਾ ਦੂ ਤੇ ਸਵੇਰੇ ਦੁਪਹਿਰ ਦੀ ਰੋਟੀ ਪ੍ਰਧਾਨ ਨਾਲ ਖਾਂਦੇ ਆ ਤੇ ਪ੍ਰਧਾਨ ਨੂੰ ਪਤਾ ਹੀ ਨੀ ਤੇ ਜਾ ਕੇ ਪੌੜੀਆਂ ਚੜ ਜਾਂਦੇ ਨੇ। ਚਲੋ ਜਿੱਥੇ ਕਹਿ ਰਹੇ ਇਹਨਾਂ ਨੂੰ ਮੁਬਾਰਕ, ਮੈਂ ਨੀ ਕਹਿੰਦਾ ਇਹਨਾਂ ਦੀ ਅੰਬੀਸ਼ਨ ਸੀਗੀਆਂ, ਇਹਨਾਂ ਦੀ ਇੱਛਾਵਾਂ ਸੀਗੀਆਂ, ਇਹਨਾਂ ਨੂੰ ਕੋਈ ਅਕਾਲੀ ਦਲ ਦੇ ਨਾਲ ਲੈਣ ਦੇਣ ਨੀ ਸੀਗਾ, ਨਾ ਇਹਨਾਂ ਨੂੰ ਕੌਮ ਨਾਲ ਲੈਣ ਦੇਣ ਸੀਗਾ। ਇਹਨਾਂ ਨੂੰ ਇੱਕੋ ਇੱਕ ਸੀਗਾ ਕਿ ਮੈਂ ਜਿਹੜੀ ਪੋਲੀਟਿਕਸ ਆ ਦਿੱਲੀ ਦੀ ਉਹਦੇ 'ਚ ਕਿਵੇਂ ਅੱਗੇ ਵਧਣਾ ਆ, ਕਿਸ ਤਰ੍ਹਾਂ ਮੈਂ ਕਰਨਾ ਆ, ਇਹਨਾਂ ਦੀਆਂ ਮਜਬੂਰੀਆਂ ਵੀ ਹੋਣੀਆਂ ਨੇ। ਫਿਰ ਸੁਖਬੀਰ ਜੀ ਨੂੰ ਕਿਵੇਂ ਸੀਗਾ ਬਲਟੋਵਾ ਸਾਹਿਬ? ਜੇ ਤੁਸੀਂ ਇਹ ਕਹਿ ਰਹੇ ਦੱਸ ਦਿਓ ਸੁਖਬੀਰ ਜੀ ਨੂੰ ਕਿਵੇਂ ਸੀ, ਜੇਲ੍ਹਾਂ 'ਚ ਸਾਰੇ ਸਿੱਖ ਆਪ ਪਾਏ ਨੇ, ਫਿਰ ਸੁਖਬੀਰ ਜੀ ਨੂੰ ਸਿੱਖ ਪੋਲੀਟਿਕਸ ਨਾਲ ਕਿਵੇਂ ਦੇਣ? ਜਦੋਂ ਅਸੀਂ ਸਿੱਖ ਦੀ ਗੱਲ ਕਰਨ ਸੁਣਦੇ ਕਰਨ ਵੀ ਨਹੀਂ ਦਿੰਦੇ ਸੀਗੇ, ਫਿਰ ਜੇ ਤੁਸੀਂ ਕਹੋਗੇ ਮੈਨੂੰ ਬੋਲਣਾ ਹੀ ਪਊ ਨਾ। ਜਦੋਂ ਆਪਾਂ ਗੱਲ ਕਰਦੇ ਕਰਨ ਕਿੱਥੇ ਦਿੰਦੇ ਸੀ? ਤੁਸੀਂ ਵੀ ਮੇਰੇ ਨਾਲ ਹੀ ਹੁੰਦੇ ਸੀਗੇ, ਤਾਂ ਤੁਸੀਂ ਵੀ ਸਿੱਖੀ ਦੀ ਗੱਲ ਕਰਦੇ ਸੀ, ਤੁਹਾਡਾ ਵੀ ਨਹੀਂ ਮੂੰਹ ਖੁੱਲ੍ਹਣ ਦਿੰਦੇ ਸੀਗੇ। ਜਦੋਂ ਆਪਾਂ ਆਨੰਦ ਮੈਰਿਜ ਐਕਟ ਪਾਸ ਕਰਾਉਣ ਗਏ ਤੁਸੀਂ ਮੇਰੇ ਨਾਲ ਹੀ ਸੀ, ਸਾਡੀ ਗੱਲ ਸੁਣ ਦਿੱਤੀ ਸੀ ਕਿਸੇ ਨੇ? ਉਹ ਐਡਵੋਕੇਟ ਜਨਰਲ ਅੱਜ ਵੀ ਹੈਗਾ ਏ, ਮੈਂ ਫਿਰ ਉਹੀ ਗੱਲ ਕਹਿਣਾ ਤਾਂ ਨਹੀਂ ਚਾਹੁੰਦਾ ਸਾਂ, ਤੁਹਾਨੂੰ ਕਿਹੜਾ ਕੋਈ ਸਿੱਖੀ ਦੀ ਗੱਲ ਉਸੇ ਕਰਨ ਦਿੰਦਾ ਸੀ? ਤਾਂ ਤੇ ਭਜਾ ਦਿੰਦੇ ਸੀ, ਕਹਿੰਦੇ ਵਿਰਸਾ ਸਿੰਘ ਬਲਟੋਵਾ ਆ ਗਿਆ, ਇਹ ਖਾੜਕੂ ਆ ਗਿਆ, ਇਹਨੂੰ ਬਾਹਰ ਕੱਢੋ। ਕੌਣ ਸਿੱਖੀ ਦੀ ਗੱਲ ਤੁਹਾਨੂੰ ਮੈਨੂੰ ਕਰਨ ਦਿੰਦਾ ਸੀਗਾ? ਪੰਥ ਦੀ ਗੱਲਾਂ ਕੌਣ ਦਿੰਦਾ ਸੀਗਾ? ਬਲਟੋਵਾ ਸਾਹਿਬ ਮੇਰੀ ਬੇਨਤੀ ਆ, ਦੇਖੋ ਜੇ ਤਾਂ ਆਪਾਂ ਬੋਲਣਾ ਸੱਚ ਬੋਲੀਏ, ਮੈਂ ਤੁਹਾਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਦਾ, ਮੈਂ ਤੁਹਾਡਾ ਬੜਾ ਸਨਮਾਨ ਕਰਦਾ ਰਿਹਾ, ਗੋਡੀਆਂ ਹੱਥ ਲਾ ਕੇ ਗੱਲ ਕਰਦਾ ਰਿਹਾ, ਮੈਂ ਨਾ ਤੁਹਾਡੇ, ਕਿਉਂਕਿ ਤੁਸੀਂ ਮੇਰੀ ਰਾਜਨੀਤਿਕ ਕਰੀਅਰ ਦੇ ਅੰਦਰ ਤੁਹਾਡਾ ਵੀ ਬੜਾ ਵੱਡਾ ਰੋਲ ਆ। ਤੁਸੀਂ ਮੇਰੇ ਪਿੱਛੇ ਜਾ ਕੇ ਡਾਂਗਾ ਸੋਟੇ ਖਾਧੇ ਵੀ ਤੇ ਮਾਰੇ ਵੀ, ਮੈਂ ਦੇਖੋ ਨਹੀਂ ਬੋਲਣਾ ਚਾਹੁੰਦਾ, ਮੇਰੇ ਹੱਥ ਜੋੜ ਕੇ ਬੇਨਤੀ ਆ, ਕੋਈ ਐਸਾ ਝੂਠਾ ਇਲਜ਼ਾਮ ਨਾ ਲਓ। ਮੈਂ ਤੁਹਾਨੂੰ ਫਿਰ ਇੱਕ ਬੇਨਤੀ ਕਰਦਾ, ਮੇਰਾ ਜਦੋਂ ਜਿਸ ਕੰਮ ਦਾ ਵਾਸਤਾ ਨਹੀਂ, ਕਿਉਂ ਮੈਨੂੰ ਉਸ ਕੰਮ 'ਚ ਉਲਝਾਉਣਾ ਚਾਹੁੰਦੇ ਜੇ? ਨਾ ਮੈਂ ਤੁਹਾਡੀ ਇਸ ਪਾਰਟੀ ਦੇ ਕੁਝ ਰਿਆਸਤ ਚੋਂ ਲੈਣਾ ਹੈ, ਨਾ ਮੇਰਾ ਵਾਸਤਾ। ਹਾਂ, ਮੈਂ ਪਾਰਟੀ ਬੀਜੇਪੀ ਵਾਸਤੇ ਆ, ਮੈਂ ਕੰਮ ਕਰੂੰਗਾ, ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਹਰ ਵੇਲੇ ਕਰੂੰਗਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਇਹ ਜਿਹੜੇ ਅਸੀਂ ਗੱਲਾਂ ਚੋਟੀਆਂ ਕਰਦੇ ਹਾਂ, ਦੂਜੇ ਬੰਦੇ ਨੂੰ ਰੋਣ ਆਉਂਦਾ, ਗੁੱਸਾ ਆਉਂਦਾ, ਨਾ ਪਲੀਜ਼। ਜਲਾ ਗਈ ਮੈਂ ਸਿੱਧੀ ਗੱਲ ਕਰ, ਮੈਂ ਤਾਂ ਸਪੰਜ ਜਿਹਾ ਬੰਦਾ ਆ, ਇਹਨਾਂ ਨਾਲ ਗੱਲਾਂ ਗੱਲ ਕਰ ਰਹੇ ਹੈ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਕਿ ਮਨਜਿੰਦਰ ਸਿੰਘ ਸਿਰਸਾ ਮਨਪ੍ਰੀਤ ਅਯਾਲੀ ਨੂੰ ਉਹਦੇ ਨਾਲ ਮੀਟਿੰਗਾਂ ਕਰ ਰਹੇ ਨੇ, ਔਰ ਇਸ ਕਰਕੇ ਮਨਪ੍ਰੀਤ ਅਯਾਲੀ ਅਕਾਲੀ ਦਲ ਦੇ ਖਿਲਾਫ ਬੋਲ ਰਹੇ ਨੇ, ਦਿੱਲੀ ਦੇ ਵਿੱਚ ਇਹ ਮੀਟਿੰਗਾਂ ਹੋ ਰਹੀਆਂ ਨੇ, ਕਹੀ ਨਾ ਤੁਸੀਂ ਇਹ ਗੱਲ? ਦੇਖੋ ਮੈਂ ਇੱਕ ਬੇਨਤੀ ਕਰਾਂ ਜੀ, ਮੈਂ ਕਿਸੇ ਦਾ ਨਾਂ ਨਹੀਂ ਲਿਆ ਤੇ ਕਿਹਨੇ ਜਾ ਕੇ ਮਨਜਿੰਦਰ ਸਿੰਘ ਸਿਰਸਾ ਨਾਲ ਮੀਟਿੰਗ ਕੀਤੀ, ਮੈਂ ਨਾਂ ਨਹੀਂ ਲਿਆ। ਹਾਂ, ਪਰ ਇਸ ਦੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਦਾ ਤਾਂ ਲਿਆ। ਹਾਂ ਲਿਆ, ਮੈਂ ਲਿਆ ਆ, ਔਰ ਇਹਨਾਂ ਨੂੰ ਪਤਾ ਵੀ ਅੱਗੇ ਕਿੱਥੇ ਕਿੱਥੇ ਪਹੁੰਚ ਕਰ ਰਹੇ ਨੇ, ਕਿਸ ਰੂਪ ਚ ਕਰ ਰਹੇ ਨੇ, ਕਿਸ ਏਜੰਡੇ ਨਾਲ ਚੱਲ ਰਹੇ ਨੇ, ਕੀ ਪਾਠ ਪੜ੍ਹਾ ਰਹੇ ਨੇ, ਇਹ ਵੀ ਇਹਨਾਂ ਨੂੰ ਉਹਲਾ ਨੀ ਗਾ। ਮੇਰੇ ਕੱਲੇ ਨਾਲ ਹੀ ਨੀ, ਮੇਰੇ ਕੱਲੇ ਨੂੰ ਦੇਣਾ ਇੰਨਾ ਕਿਹਾ ਸੀ ਇੱਕ ਨਾ ਫੋਨ ਕਰਕੇ ਜੀ ਕਿ ਬਲਟੋਵਾ ਜੀ ਕਮਲ ਦਾ ਫੁੱਲ ਲਾ ਲਈਏ, ਖੁਸ਼ਬੂ ਆਊਗੀ। ਮੈਂ ਕਿਹਾ ਜੀ ਤੂੰ ਸੋਚ ਕਿਵੇਂ ਲਿਆ?
ਮੈਂ ਕਿਹਾ ਸਿਰਸਾ ਯਾਰ ਤੁਸੀਂ ਮੇਰੇ ਵਰਗੇ ਬੰਦੇ ਨੂੰ ਯਾਰ ਮੇਰੇ ਵਰਗੇ ਬੰਦੇ ਨੂੰ ਕਹਿੰਦੇ ਸੀ ਕਮਲ ਦਾ ਫੁੱਲ ਵਾਲਾ ਪਰਮਿੰਦਰ ਜਿਹੜਾ ਇਹਨਾਂ ਦਾ ਸਾਡਾ ਵੀ ਬੱਚਿਆਂ ਵਰਗਾ ਆ ਛੋਟਾ ਆ ਬੜਾ ਮਾਣ ਹੈ ਬੜਾ ਪਿਆਰ ਅੱਜ ਵੀ ਹੈਗਾ ਹਾਂਜੀ ਕਿਤੇ ਤੱਕ ਪਹੁੰਚ ਨੀ ਕੀਤੀ ਕੋਈ ਬਿਰਲਾ ਭਾਵੇਂ ਬਚਿਆ ਹੋਵੇ ਬਾਲੇ ਤੇ ਹੀ ਕਹਿੰਦੇ ਆ ਹਾਂਜੀ ਮੇਰਾ ਸਵਾਲ ਤਾਂ ਸੁਣ ਲਓ ਮੈਂ ਇੰਨੀ ਦੇਰ ਵਿੱਚ ਬੋਲਿਆ ਤੁਸੀਂ ਸਿੱਧੀ ਗੱਲ ਕਰੀ ਜਾਂਦੇ ਹੋ ਮੈਂ ਚੁੱਪ ਕਰਕੇ ਬੈਠ ਰਿਹਾ ਤੁਸੀਂ ਮੇਰਾ ਸਵਾਲ ਇਹ ਸੁਣ ਲਓ ਵੀ ਕੀ ਅੱਜ ਅਕਾਲੀ ਦਲ ਦੇ ਜਿਹੜੀ ਕੋਈ ਇੰਟਰਨਲ ਗੱਲਾਂ ਬਾਤਾਂ ਚੱਲ ਰਹੀਆਂ ਕੁਛ ਮੀਟਿੰਗਾਂ ਹੋ ਰਹੀਆਂ ਜਾਂ ਕੁਛ ਆਗੂ ਨੇ ਜਿਹੜੇ ਬੋਲ ਰਹੇ ਨੇ ਅਕਾਲੀ ਦਲ ਦੇ ਅਸੀਂ ਜਿਹਨਾਂ ਨੂੰ ਕਹਿੰਦੇ ਹਾਂ ਕਿ ਬਾਗੀ ਸੁਰੈ ਮੀਡੀਆ ਦੀ ਭਾਸ਼ਾ ਦੇ ਵਿੱਚ ਕੀ ਉਹਨਾਂ ਦੇ ਪਿੱਛੇ ਬੀਜੇਪੀ ਦਾ ਹੱਥ ਹੈ ਜਾਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਦਾ ਹੱਥ ਹੈ ਇਹ ਕਹਿਣਾ ਚਾਹੁੰਦੇ ਹੋ ਮੋਦੀ ਜੀ ਗੱਲ ਦੱਸਾਂ ਵਿਜੇ ਪਾਲ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤੀ ਜਨਤਾ ਪਾਰਟੀ ਦੀ ਝੋੜੀ ਚ ਕਿੰਨੇ ਪਾਇਆ ਹੈ ਬਰਾੜ ਸਾਹਿਬ ਦੱਸ ਵੀ ਲੈਣ ਦਿਓ ਕਮਲ ਦੀ ਝੋਲੀ ਤੁਸੀਂ ਪਾਈ ਦਿੱਲੀ ਕਮੇਟੀ ਦਿੱਲੀ ਕਮੇਟੀ ਦੇ ਸਾਰੇ ਕੌਂਸਲਾਂ ਦਿੱਲੀ ਦੀ ਕਮੇਟੀ ਦੇ ਮੈਂਬਰਾਂ ਨੂੰ ਕੌਂਸਲਾਂ ਦੀਆਂ ਟਿਕਟਾਂ ਤੁਸੀਂ ਕਮਲ ਦੇ ਚੁਣਾਵ ਨਿਸ਼ਾਨ ਤੇ ਸੁਖਬੀਰ ਸਿੰਘ ਬਾਦਲ ਜੀ ਨੇ ਲੜਾਈਆਂ ਐਮਐਲ ਇਲੈਕਸ਼ਨਾਂ ਸੁਖਬੀਰ ਸਿੰਘ ਬਾਦਲ ਜੀ ਨੇ ਲੜਾਈਆਂ ਔਰ ਅਕਾਲੀ ਦਲ ਜਿਹੜੀ ਅੱਜ ਕਹਿੰਦੀ ਬੀਜੇਪੀ ਮਾੜੀ ਆ ਪ੍ਰਚਾਰ ਕਰਨ ਵਾਸਤੇ ਦਿੱਲੀ ਚ ਬੈਠੀ ਸੀਗੀ ਹੁਣ ਬੀਜੇਪੀ ਮਾੜੀ ਹੋ ਗਈ ਆ ਹੁਣ ਕਿਉਂਕਿ ਤੁਸੀਂ ਜਿੱਦਾਂ ਤੁਹਾਡਾ ਅਲਾਇੰਸ ਹੋਣਾ ਫਿਰ ਚੰਗੀ ਹੋ ਜਾਣੀ ਆ ਪਰ ਉਹਨਾਂ ਤੁਹਾਡੇ ਨਾਲ ਅਲਾਇੰਸ ਕਰਨਾ ਨਹੀਂ ਇਸ ਕਰਕੇ ਮਾੜੀ ਰਹਿਣੀ ਆ ਤੁਸੀਂ ਦੱਸੋ ਤੁਸੀਂ ਰਾਸ਼ਟਰਪਤੀ ਨੂੰ ਵੋਟ ਪਾਉਣ ਨੂੰ ਮੈਂ ਤਾਂ ਨਹੀਂ ਤੁਹਾਨੂੰ ਕਿਹਾ ਸੀ ਨਾ ਫਿਰ ਤੁਸੀਂ ਭੱਜ ਕੇ ਕਹੋਗੇ ਪਾਰਟੀ ਮਾੜੀ ਆ ਨਾ ਤੁਸੀਂ ਭੱਜ ਕੇ ਕਿਉਂਕਿ ਰਾਜਪੂਤ ਨੂੰ ਵੋਟ ਪਾਉਣ ਉਪ ਰਾਸ਼ਟਰਪਤੀ ਨੂੰ ਭੱਜ ਕੇ ਗਏ ਵੋਟ ਪਾਉਣ ਪਾ ਕੇ ਆ ਕੇ ਬਾਹਰ ਕੇ ਕਿਹਾ ਸੀ ਵੋਟ ਪਾਏ ਵੋਟ ਪਾਏ ਵੋਟ ਪਾਏ ਕੋਈ ਪੁੱਛਦਾ ਵੀ ਨਹੀਂ ਪਿਆ ਭਈਆ ਕਿਉਂ ਪਾ ਕੇ ਆਏ ਦੱਸ ਦਿਓ ਕਿਉਂ ਪਾਈਆਂ ਵੀ ਜਵਾਬ ਦੇ ਦਿਓ ਨਾ ਸੰਗਤ ਨੂੰ ਪੰਥ ਦੀ ਗੱਲਾਂ ਕਰਦੇ ਜੇ ਜਿਹੜੇ ਮਾੜੇ ਬੰਦੇ ਦੇ ਘਰ ਤੇ ਤੁਸੀਂ ਭੱਜ ਭੱਜ ਜਾਂਦੇ ਜੇ ਸਾਨੂੰ ਕਹਿੰਦੇ ਜੇ ਮਾੜੇ ਆ ਮੈਂ ਹੁਣ ਬੇਨਤੀ ਕਰਾਂ ਜੀ ਜੀ ਸਿਰਸਾ ਸਾਹਿਬ ਕੀ ਹਲਕਾ ਰਜੌਰੀ ਗਾਰਡਨ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੱਕੜੀ ਤੇ ਲੈਚਨ ਲੜਾਉਣਾ ਚਾਹੁੰਦਾ ਸੀ ਇਹਨਾਂ ਨੇ ਬਾਕੀ ਸਾਰੇ ਤੱਕੜੀ ਤੇ ਲੜੇ ਇਹ ਕਹਿੰਦੇ ਨਹੀਂ ਮੈਂ ਕਮਲ ਤੇ ਲੜਨੀ ਹੈ ਹੁਣ ਜੀ ਇਹਨਾਂ ਨੇ ਕਿਹਾ ਕਮਲ ਤੇ ਲੜਨੀ ਹੈ ਸੋਚ ਲਓ ਮਹਾਰਾਜ ਮੈਂ ਕੱਲਾ ਤੱਕੜੀ ਤੇ ਲੜਿਆ ਹੈ ਤੁਹਾਨੂੰ ਭੁਲੇਖਾ ਪੈਣ ਡਿਆ ਹੈ ਬਲਟੋਵਾ ਸਾਹਿਬ ਜੀ ਕੋਈ ਗੱਲ ਉਮਰਾਂ ਦੇ ਤਕਾਜੇ ਹੋ ਜਾਂਦੇ ਨੇ ਉਮਰਾਂ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ ਜਿਹੜਾ ਝੂਠ ਬੋਲਣਾ ਹੋਵੇ ਗੱਲਾਂ ਭੁੱਲ ਜਾਂਦੀਆਂ ਨੇ ਇਹ ਉਲਟਾ ਕਰ ਲਓ ਇਹਨੂੰ ਇਹ ਦੱਸੋ ਸਾਰਿਆਂ ਨੂੰ ਕਿ ਸਿਰਸਾ ਕੱਲਾ ਤੱਕੜੀ ਤੇ ਲੜਿਆ ਬਾਕੀ ਸਾਰੇ ਕਮਲ ਤੇ ਲੜੇ ਮੇਰੇ ਭਰਾ ਕੋਈ ਗੱਲ ਨੀ ਉਮਰਾਂ ਕਰਾ ਜਾਂਦੀ ਉਮਰ ਇਹੋ ਜਿਹੀ ਗੱਲ ਗੱਲ ਤੁਸੀਂ ਠੀਕ ਹੀ ਆ ਪਰ ਸਿਰਸਾ ਤੱਕੜੀ ਤੇ ਲੜਿਆ ਬਾਕੀ ਕਮਲ ਤੇ ਸ਼ਾਇਦ ਤੁਸੀਂ ਭੁਲੇਖਾ ਖਾ ਰਹੇ ਕੋਈ ਗੱਲ ਨਹੀਂ ਪਰ ਮੈਂ ਜਿਹੜਾ ਜਿਹੜਾ ਸਵਾਲ ਮੈਂ ਪੁੱਛਿਆ ਸੀ ਉਹ ਤਾਂ ਆਇਆ ਨੀ ਤੁਸੀਂ ਫਿਰ ਹੋਰ ਪਾਸੇ ਚਲੇ ਗਏ ਮੈਂ ਤਾਂ ਇਹ ਪੁੱਛ ਰਿਹਾ ਵੀ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੀਟਿੰਗਾਂ ਦੇ ਵਿੱਚ ਕੱਲ ਵੀ ਹੋਈਆਂ ਇਹ ਕਹਿਣਾ ਚਾਹ ਰਹੇ ਹੋ ਕਿ ਬੀਜੇਪੀ ਤੁਹਾਡੇ ਬੰਦਿਆਂ ਨੂੰ ਤੁਹਾਡੇ ਖਿਲਾਫ ਕਰ ਰਹੀ ਹੈ ਮੇਰਾ ਬੜਾ ਸਿੱਧਾ ਸਵਾਲ ਹੈ ਸਿਰਸਾ ਜੀ ਜੁੜੇ ਆਪਾਂ ਜਵਾਬ ਲੈ ਲਾਂਗੇ ਮੈਂ ਇਸ ਕਰਕੇ ਪਾਓ ਇਸ ਕੰਮ ਮੈਂ ਇਹ ਗੱਲ ਕਹਿ ਦਿੰਦਾ ਮੇਰਾ ਇਸ ਚ ਬਰਾੜ ਸਾਹਿਬ ਕੋਈ ਵਾਸਤਾ ਨੀ ਵਿਜੇਪਾਲ ਜੀ ਨਾ ਮੈਂ ਕਿਸੇ ਨਾਲ ਗੱਲ ਕੀਤੀ ਹੈ ਨਾ ਮੈਂ ਕਰਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਜਾਂ ਨਹੀਂ ਇਹ ਮੇਰੀ ਪਾਰਟੀ ਦਾ ਮਸਲਾ ਬੀਜੇਪੀ ਦਾ ਮਸਲਾ ਹੀ ਨੀ ਹੈਗਾ ਜ਼ਬਰਦਸਤੀ ਬਣਾਉਣਗੇ ਤੇ ਜਵਾਬ ਦੇਣੇ ਪੈਣੇ ਹੁਣ ਮੇਰੀ ਬਿੰਦ ਸੁਣੋਗੇ ਜੀ 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 ਇੱਕ ਨਾ ਪੰਜਾਬੀ ਦੀ ਅਖਾਣ ਹੈ ਕਹਾਵਤ ਹੈ ਜੇ ਇਹਨਾਂ ਨੂੰ ਤੇਜ਼ੀ ਵਾਲੀ ਭਾਸ਼ਾ ਚੰਗੀ ਲੱਗਦੀ ਤਾਂ ਮੈਂ ਉਹੀ ਬੋਲੂੰਗਾ ਕਿ ਕਹਿੰਦੇ ਘਰਦਿਆਂ ਦੇ ਜੰਮਿਆਂ ਦੇ ਦੰਦ ਗਿਣਨ ਦੀ ਲੋੜ ਨਹੀਂ ਪੈਂਦੀ ਹੁੰਦੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਇੱਕ ਏਜੰਡਾ ਬਣਾ ਕੇ ਚੱਲ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਸਤੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਮੈਂ ਦਿੱਲੀ ਚੋਂ ਖਤਮ ਕੀਤਾ ਜਿਹੜਾ ਇਹਨਾਂ ਦੇ ਹਵਾਲੇ ਕੀਤਾ ਸੀ ਇਹਨਾਂ ਤੇ ਡਿਪੈਂਡ ਹੋ ਗਏ ਸੀ ਅਸੀਂ ਇਹਨਾਂ ਤੇ ਡਿਪੈਂਡ ਹੋ ਗਏ ਸੀ ਇਹਨਾਂ ਇੱਕ ਮਿੰਟ ਯਾਰ ਗਲਤ ਕਰ ਲੈਂਦੇ ਹੋ ਇਹ ਸਾਰਾ ਕੁਛ ਮੇਚ ਕੇ ਪਾ ਕੇ ਭਾਰਤੀ ਜਨਤਾ ਪਾਰਟੀ ਝੋਲੀ ਚ ਲੈ ਕੇ ਮੈਂ ਵਿੱਚ ਬੋਲਿਆ
ਮੈਂ ਵਿੱਚੋਂ ਬੋਲਿਆ ਲੈ ਕੇ ਉਹਨਾਂ ਤੋਂ ਐਡਵਾਂਟੇਜ ਅੱਜ ਹੁਣ ਪੰਜਾਬ ਦਾ ਸੌਦਾ ਕਰਨਾ ਚਾਹੁੰਦੇ ਕਿ ਮੈਂ ਉੱਥੇ ਜਣਾ ਤੱਕ ਜਾਣਦਾ ਜੀ ਮੈਂ ਸਾਰਿਆਂ ਨੂੰ ਜਾਣਦਾ ਜੀ ਮੈਂ ਗੇਮ ਇਹੋ ਜਿਹੀ ਖੇਡੂੰਗਾ ਜੀ ਮੈਂ ਘੁਮਾ ਕੇ ਰੱਖ ਦੂੰਗਾ ਜੀ ਮੈਂ ਭਮੀਰੀਆਂ ਘੁਮਾ ਦੂੰਗਾ ਜੀ ਤੇ ਘੁਮਾਉਂਦਾ ਆ ਚੋਰ ਲਾਉਂਦਾ ਆ ਤੇ ਘੁੰਮਦੀਆਂ ਨਹੀਂ ਘੁੰਮਦੀਆਂ ਅਸੀਂ ਵੀ ਲੜਾਂਗੇ ਲੜਾਂਗੇ ਚਲੋ ਆਪਾਂ ਆਪਾਂ ਜ਼ਿਆਦਾ ਲੰਬਾ ਨਹੀਂ आखिरी जवाब दे दो बल्टो सॉरी सिरसा सी देखो एक पार्टी कैसी सी ये पार्टी उस जेड़े वड्डे नहीं जांदे पंथ ना लड़ाई लड़न वाली जिन्हों तुसी पंथ ना गदारियां करोगे तुहाडे नाल कोई नहीं खलूगा अज लोग तुहानूं छड़ छड़ भजदे पए ते रह कौन गया है तीन ते सीटां ते आ गए जे देखो तुसी किड्डी वड्डी शानो शौकत वाली पार्टी तीन सीटां ते आ गई आ श्रोमणी गुरुद्वारा प्रबंधक कमेटी का यह हाल आ कि पंथ के अंदर उन्होंने कोई गल सुन तैयार नहीं जो कि वोटा मंगन जाएंगे तुम हालात देख लो जे सानू गाना कड्डिया गल नहीं बननी विरसा सिंह बल्टोआ जी घर से पड़चोल कर चलो चीजा अगले दिन सामने आ जाएगियां बल्टोआ साहब और सिरसा जी क्योंकि जिक्र बल्टोआ साहब ने किया इन्हों की प्रैस कॉन्फ्रेंस सी इन्होंने प्रैस कॉन्फ्रेंस चो गल्ला कहियां थोड़े तो जवाब लेना साडा क्योंकि एक बतौर मीडिया परसन बतौर जर्नलिस्ट हुए साडा ये जिम्मा है साड़ी जिम्मेवारी है और इस करके असी थोनू जोड़िया कि चलो गल आमो सामने हो जाए बड़ा बहुत धन्यवाद तुसी जुड़े गल्लांबातां जिहड़ियां ने काफ़ी हद तक सामने भी आईया विरसा सिंह बल्टोआ जी और सिरसा साहब बहुत बहुत शुक्रिया साढ़े नाल गलबात करन दे लई जुड़न दे लई डॉक्टर सुखी अनिल सरीन साहब जुड़े सी उन्हां दा भी बहुत बहुत शुक्रिया एक छोटे जिहे कमर्शियल ब्रेक लई रुकना है जल्द वापस आउणा है।